ਅੱਜ ਸਾਡੇ ਨਾਲ ਜਲੰਧਰ ਦੀ ਧੀ ਅਲੀਸ਼ਾ ਮੌਜੂਦ ਹੈ ਜੋ ਕਿ ਹਾਲ ਹੀ ਦੇ ਵਿੱਚ 에ਅਰਫੋਰਸ ਦੇ ਵਿੱਚ ਸਿਲੈਕਟ ਹੋਏ ਨੇ। ਇੰਸਪਾਇਰ ਤੁਸੀਂ ਕਿਵੇਂ ਹੋਏ ਇਸ ਪਾਸੇ ਨੂੰ, ਕਿਉਂਕਿ ਜੇਕਰ ਕੁੜੀਆਂ ਦੀ ਗੱਲ ਕਰੀਏ ਯੂਜਲੀ ਪੇਰੈਂਟਸ ਦੇ ਵੀ ਇਹ ਸੁਪਨੇ ਹੁੰਦੇ ਨੇ ਕਿ ਲੜਕੀ ਨੂੰ ਪੜ੍ਹਾਇਆ, ਕਿਸੇ ਬੈਂਕ 'ਚ ਜੋਬ ਲਵਾਤੀ ਜਾਂ ਫਿਰ ਟੀਚਰ ਬਣਾ ਦਿੱਤਾ। 에ਅਰਫੋਰਸ ਵੱਲ ਨੂੰ ਕਿਵੇਂ ਤੁਹਾਡਾ ਇੰਟਰਸਟ ਪੈਦਾ ਹੋਇਆ ਅਤੇ ਪੇਰੈਂਟਸ ਨੇ ਫਿਰ ਅੱਗੇ ਕਿਵੇਂ ਵਧਾਇਆ ਤੁਹਾਨੂੰ? ਬਹੁਤ ਸ਼ੌਂਕ ਸੀ ਸ਼ੁਰੂ ਤੋਂ ਲੈ ਕੇ, ਤਾਂ ਥੋੜ੍ਹੀ ਟੈਕ ਬੈਕਗਰਾਊਂਡ ਰਹੀ ਆ, ਪਾਪਾ ਵੀ IT ਦੇ ਵਿੱਚ ਆ ਅਤੇ ਬ੍ਰਦਰ ਵੀ ਮਕੈਨੀਕਲ ਆ, ਤਾਂ ਆਪਾਂ ਕਾਫੀ ਟਾਈਮ ਹੁੰਦਾ ਕਿ ਆਪਾਂ ਡਿਸਕਸ ਕਰਦੇ ਰਹਿੰਦੇ ਸੀਗੇ ਪਲੇਨਸ ਬਾਰੇ, ਮਸ਼ੀਨਸ ਦੇ ਬਾਰੇ, ਤਾਂ ਉਹ ਇੰਟਰਸਟ ਜਾ ਗਿਆ ਫਲਾਇੰਗ ਨੂੰ ਲੈ ਕੇ। ਅਤੇ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਆ ਜ਼ਿਆਦਾਤਰ ਰੀਲਾਂ ਦੇ ਉੱਤੇ ਆਪਣਾ ਟਾਈਮ ਸਪੈਂਡ ਕਰਦੀ ਹੈ, ਫੋਨ ਕਿੰਨਾ ਕੁ ਯੂਜ਼ ਕਰਦੇ ਹੋ ਤੁਸੀਂ? ਮੈਂ ਆਪਣੀ ਸਾਰੀ ਐਜੂਕੇਸ਼ਨ ਅੱਜ ਤੱਕ ਦੀ ਮੈਂ ਕਹਾਂ ਮੈਂ ਯੂਟਿਊਬ ਤੋਂ ਹੀ ਕੀਤੀ ਆ, ਕਿਉਂਕਿ ਅੱਜ ਕੱਲ੍ਹ ਇਹੀ ਹੈਗਾ ਕਿ ਯੂਟਿਊਬ 'ਤੇ ਹਰ ਕੁਛ ਅਵੇਲੇਬਲ ਆ, ਗੂਗਲ 'ਤੇ ਹਰ ਕੁਛ ਅਵੇਲੇਬਲ ਆ, ਤਾਂ ਮੈਂ ਆਪਣੀ +2 ਵੀ ਈਵਨ ਮੈਂ ਯੂਟਿਊਬ ਦੀ ਵੀਡੀਓਜ਼ ਦੇਖ ਕੇ ਪੜ੍ਹਾਈ ਕੀਤੀ ਆ, ਉਸ ਤੋਂ ਬਾਅਦ ਆਪਣੀ ਡਿਗਰੀ 'ਚ ਵੀ ਕੋਈ ਨਈ ਟੌਪਿਕ ਆਉਂਦਾ ਸੀ ਉਹ ਵੀ ਉੱਤੇ ਕੀਤੀ। ਮੈਂ ਧੀ ਦਾ ਸਮਾਂ ਲੈਣਾ, ਬੇਟਾ ਹੀ ਹੈ ਮੇਰਾ, ਇੱਕ ਬੇਟਾ, ਦੋ ਬੇਟੇ ਆ ਮੇਰੇ, ਅਤੇ ਬਾਕੀ ਜਦੋਂ ਇਹਨੇ ਪਹਿਲਾਂ ਆਲਰੇਡੀ ਨੇਵੀ 'ਚ ਵੀ ਸਿਲੈਕਸ਼ਨ ਹੋ ਗਈ ਸੀ, ਉੱਥੇ ਟ੍ਰੇਨਿੰਗ ਕਰ ਰਹੀ ਹੈ, ਅਤੇ ਹੁਣ 에ਅਰਫੋਰਸ ਦਾ ਇਹਦਾ ਸੀਗਾ ਕਿ ਮੈਂ 에ਅਰਫੋਰਸ 'ਚ ਜਾਣਾ ਹੀ ਜਾਣਾ ਸੀ, ਉਹਦੇ ਵਿੱਚ ਹੋਇਆ, ਅਤੇ ਹੁਣ ਇੱਕ ਐਕਸਟਰਾ ਖੁਸ਼ੀ, ਉਹ ਐਕਸਪਲੇਨ ਕਰਨੀ ਬੜੀ ਮੁਸ਼ਕਲ ਹੈ, ਕਹਿੰਦਾ ਆਮ ਬੱਚੇ ਜਿੱਦਾਂ ਮੈਂ ਬਾਹਰ ਚਲੇ ਜਾਣਾ, ਮੈਂ ਚਲਣਾ ਉੱਥੇ, ਇੰਨੀ ਮਜ਼ਦੂਰੀ ਕਰਨੀ, ਇੰਨਾ ਔਖਾ ਹੋ ਕੇ ਕਰਨਾ, ਉਹ ਕੁੜੀ ਨੇ ਇੱਥੇ ਹੀ ਸਾਰਾ ਕੁਝ ਦੱਸਦਾ। ਸਟਾਰਟਿੰਗ ਵਿੱਚ ਮੈਂ ਵੀ ਉਹਨੂੰ ਪੁੱਛਿਆ, ਬੇਟੇ ਤੁਸੀਂ ਵੀ ਜਾਣਾ, ਮੈਂ ਤੁਹਾਡੀ ਪੜ੍ਹਾਈ 'ਤੇ ਖਰਚਾ ਕਰਨਾ, ਜੇ ਕਹੋ ਤੁਹਾਨੂੰ ਬਾਹਰ ਲਗਾ ਦਾਂਗਾ, ਨਾ ਬੇਟੇ ਨੇ ਵੀ ਮਨਾ ਕਰਤਾ, ਇਹਨੂੰ ਬੇਟੀ ਨੇ ਵੀ ਕਹਿ ਲਿਆ ਸਭ ਕੁਛ ਇੰਡੀਆ ਵਿੱਚ ਹੀ ਅਸੀਂ ਟਰਾਈ ਕਰਾਂਗੇ। ਅਗਰ ਬੱਚੇ ਕਾਮਯਾਬ ਹੋ ਤਾਂ ਸਮਝ ਲਓ ਕਿ ਸਾਡੀ ਤਪੱਸਿਆ ਖਤਮ ਹੋ ਗਈ, ਜਿਹੜੀ ਅਸੀਂ ਇੰਨੇ ਸਾਲਾਂ ਦੀ ਤਪੱਸਿਆ ਕਰਦੇ ਸੀ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਜ਼ਿਆਦਾ ਰਿਚ ਫੈਮਿਲੀ 'ਚ ਹੋਣੀ ਆ, ਅਸੀਂ 0 ਤੋਂ ਉੱਠ ਕੇ ਇੱਥੇ ਤੱਕ ਪਹੁੰਚੇ, ਠੀਕ ਹੈ। ਜੇ ਬੱਚੇ ਚੰਗੇ ਆ ਤਾਂ ਸਮਝ ਲਓ ਸਾਡੀ, ਅਸੀਂ ਵਧੀਆ ਕਮਾਈ ਕੀਤੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ TV ਅਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ। ਰੀਲਸ ਦੇਖਣ ਵਾਲੇ ਨੌਜਵਾਨਾਂ ਦੇ ਲਈ ਜਿਹੜੀ ਹੈ ਅੱਜ ਇੱਕ ਮੋਟੀਵੇਸ਼ਨਲ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਤੁਹਾਨੂੰ ਦੱਸ ਦਈਏ, ਜਿਹੜੇ ਲੋਕ ਰੀਲਾਂ ਦੇ ਉੱਤੇ ਆਪਦਾ ਟਾਈਮ ਵੇਸਟ ਕਰਦੇ ਨੇ, ਉਹ ਆਪਣੀ ਜ਼ਿੰਦਗੀ ਦਾ ਸਮਾਂ ਕਿਵੇਂ ਬਰਬਾਦ ਕਰ ਰਹੇ ਨੇ ਸ਼ਾਇਦ ਉਹਨਾਂ ਨੂੰ ਇਸ ਕਦਰ ਅੰਦਾਜ਼ਾ ਵੀ ਨਹੀਂ ਹੈ। ਔਰ ਜਿਨ੍ਹਾਂ ਨੇ ਕੁਝ ਕਰ ਗੁਜ਼ਰਨਾ ਹੁੰਦਾ, ਉਹ ਕੁਝ ਅਜਿਹਾ ਕਰ ਗੁਜ਼ਰ ਜਾਂਦੇ ਨੇ ਕਿ ਦੁਨੀਆ ਜਿਹੜੀ ਉਹਨਾਂ ਨੂੰ ਸਲਾਮ ਕਰਦੀ ਹੈ। ਅਤੇ ਅੱਜ ਸਾਡੇ ਨਾਲ ਜਲੰਧਰ ਦੀ ਧੀ ਅਲੀਸ਼ਾ ਮੌਜੂਦ ਹੈ ਜੋ ਕਿ ਹਾਲ ਹੀ ਦੇ ਵਿੱਚ 에ਅਰਫੋਰਸ ਦੇ ਵਿੱਚ ਸਿਲੈਕਟ ਹੋਏ ਨੇ, ਪੂਰਾ ਪਰਿਵਾਰ ਵੀ ਮੌਜੂਦ ਹੈ। ਅਲੀਸ਼ਾ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਸਭ ਤੋਂ ਪਹਿਲਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਕਾਫੀ ਟਾਈਮ ਤੋਂ ਮੈਂ ਕਰ ਰਹੀ ਸੀ ਟਰਾਈ, ਅਤੇ ਹੁਣ ਫਾਈਨਲੀ ਮਿਲ ਗਿਆ, ਫੀਲਿੰਗ ਹੈਪੀਨੈਸ ਤੋਂ ਮਿਲ ਗਿਆ ਮਾਈ ਫੈਮਿਲੀ ਆਲਸੋ। ਤਾਂ ਜਦੋਂ 에ਅਰਫੋਰਸ ਦੇ ਵਿੱਚ ਸਿਲੈਕਟ ਹੁੰਦੇ ਹੋ ਤੁਸੀਂ, 에ਅਰਫੋਰਸ 'ਚ ਸਿਲੈਕਟ ਹੋਣ ਤੋਂ ਬਾਅਦ ਪੇਰੈਂਟਸ ਨੂੰ ਜਦੋਂ ਦੱਸ ਦਿਓ, ਪਹਿਲਾ ਰਿਐਕਸ਼ਨ ਕਿਵੇਂ ਦਾ ਰਹਿੰਦਾ? ਮੈਮ, ਇਹ ਤਾਂ ਹੁੰਦਾ ਹੈ ਕਿ ਪ੍ਰੋਸੈਸ ਦੇ ਦੌਰਾਨ ਥੋੜ੍ਹੀ ਹਿੰਟ ਤਾਂ ਮਿਲ ਜਾਂਦੀ ਆ, ਹੁਣ ਹੋਣਾ ਕਿ ਨਹੀਂ ਹੋਣਾ ਹੈਗਾ, ਅਤੇ ਜਦ ਪਤਾ ਚੱਲਦਾ ਹੈਗਾ ਫੈਮਿਲੀ ਬਹੁਤ ਖੁਸ਼ ਹੁੰਦੀ ਆ, ਕਿਉਂਕਿ ਬਹੁਤ ਐਫਰਟ ਲਗਾਏ ਹੁੰਦੇ ਆ ਫੈਮਿਲੀ ਨੇ ਵੀ, ਅਤੇ ਫੈਮਿਲੀ ਨੂੰ ਮੈਂ ਸਭ ਤੋਂ ਪਹਿਲਾਂ ਆਪਣੇ ਮਦਰ ਫਾਦਰ ਨੂੰ ਦੱਸਿਆ ਸੀਗਾ, ਅਤੇ ਉਹ ਬਹੁਤ ਜ਼ਿਆਦਾ ਖੁਸ਼ ਹੋਏ ਨੇ, ਅਤੇ ਉਹ ਖੁਸ਼ੀ ਐਕਚੁਲੀ ਆਸੂਆਂ 'ਚ ਹੀ ਨਿਕਲਦੀ ਆ ਉਸ ਟਾਈਮ 'ਤੇ, ਅਤੇ ਆਪਾਂ ਇਕੱਠੇ ਬਹਿ ਕੇ ਰੋਏ ਵੀ ਹੈਗੇ ਹਾਂ, ਅਤੇ ਫੇਲੀਅਰ ਬਹੁਤ ਦੇਖੇ ਨੇ, ਅਤੇ ਫਾਈਨਲੀ ਜਦ ਹੋ ਗਿਆ ਤਾਂ ਬਸ ਖੁਸ਼ੀ ਹੋਈ ਫਿਰ ਉਸ ਚੀਜ਼ ਦੀ। ਅੱਛਾ ਅਲੀਸ਼ਾ, ਇਹ 9ਵਾਂ ਅਟੈਂਪਟ ਸੀ ਤੁਹਾਡਾ, ਹੈ ਨਾ, 9ਵੀਂ ਵਾਰ ਤੁਸੀਂ ਇਹ ਪ੍ਰੀਖਿਆ ਜਿਹੜੀ ਹੈ ਦਿੱਤੀ ਹੈ, ਕਿਹੜੇ ਚੈਲੇਂਜਸ ਨੇ ਜਿਹੜੇ ਤੁਸੀਂ ਫੇਸ ਕਰਕੇ ਅੱਜ ਆਪਣੇ ਮੁਕਾਮ ਤੱਕ ਪਹੁੰਚੇ ਹੋ? ਮੈਮ, ਪਹਿਲਾਂ ਇੱਦਾਂ ਹੁੰਦਾ ਹੈਗਾ, ਇਹਦਾ ਰਿਟਰਨ ਹੁੰਦਾ, ਫਿਰ ਇੰਟਰਵਿਊ ਹੁੰਦੀ ਆ, ਤਾਂ ਰਿਟਰਨ ਦਾ ਇਹ ਹਿਸਾਬ ਹੁੰਦਾ ਕਿ ਰਿਟਰਨ ਤੁਸੀਂ ਕਲੀਅਰ ਕਰ ਸਕਦੇ ਹੋ,
ਈਜ਼ੀਲੀ ਹੋ ਜਾਂਦਾ ਅਗਰ ਥੋੜ੍ਹੀ ਤਿਆਰੀ ਅਤੇ ਪੜ੍ਹਾਈ ਕਰੋ, ਬਟ ਇੰਟਰਵਿਊ ਥੋੜ੍ਹੀ ਜਿਹੀ ਟ੍ਰਿਕੀ ਹੁੰਦੀ ਆ ਕਿਉਂਕਿ ਇਹਦੇ 'ਚ ਮਤਲਬ ਤੁਹਾਡੀ ਪਰਸਨੈਲਿਟੀ ਚੈੱਕ ਹੁੰਦੀ ਆ, ਕੋਈ ਰਿਟਨ ਪੇਪਰ ਨਹੀਂ ਆ, ਅਤੇ ਬਚਪਨ ਤੋਂ ਜੋ ਅਸੀਂ ਹੈਗੇ ਹਾਂ ਉਹੀ ਆਪਾਂ ਉੱਥੇ ਦਿਖਾਉਣਾ ਹੁੰਦਾ ਹੈ, ਅਤੇ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਥੋੜ੍ਹੀ ਫੇਕਨੈਸ ਵੀ ਆ ਉਹ ਜਿਹੜੀ ਸਾਡੇ ਵਿੱਚ ਵੀ ਆ ਜਾਂਦੀ ਆ। ਬਿਲਕੁਲ। ਅਤੇ ਉੱਥੇ ਹੁੰਦਾ ਆਪਣੀ ਰੀਅਲ ਪਰਸਨੈਲਿਟੀ ਦਿਖਾਉਣੀ, ਅਤੇ ਇਹ ਸੀਗਾ ਕਿ ਸਟਾਰਟਿੰਗ ਦੇ ਵਿੱਚ ਥੋੜ੍ਹਾ ਇਹ ਸੀਗਾ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ ਨਹੀਂ ਆ ਪਾ ਰਿਹਾ ਸੀਗਾ, ਇਹ ਸੀਗਾ। ਫਿਰ ਉਸ ਤੋਂ ਬਾਅਦ ਅਕੈਡਮੀ ਨੇ, ਜਿਹੜੀ ਮੇਰੀ ਮਾਈ ਭਾਗੋ ਅਕੈਡਮੀ ਸੀ, ਉਹਨਾਂ ਨੇ ਕਾਫੀ ਮੇਰੀ ਟ੍ਰੇਨਿੰਗ ਕਰਵਾ ਚੁੱਕੇ ਸੀਗੇ, ਅਤੇ ਮਤਲਬ ਇੰਨੀ ਟ੍ਰੇਨਡ ਹੋ ਗਈ ਸੀਗੀ ਕਿ ਪਤਾ ਚੱਲ ਗਿਆ ਕਿ ਹੁਣ ਕੀ ਚੀਜ਼ ਦੀ ਰਿਕੁਆਇਰਮੈਂਟ ਆ, ਅਤੇ ਉਹ ਚੈਲੇਂਜਸ ਨੂੰ ਫਿਰ ਮੈਂ ਫੇਸ ਕੀਤਾ ਕਾਫੀ, ਅਤੇ ਉਸ ਤੋਂ ਬਾਅਦ ਇੰਪਰੂਵ ਕੀਤਾ ਅਤੇ ਫਾਈਨਲੀ ਕਲੀਅਰ ਕਰ ਦਿੱਤਾ। ਇਸ ਵਾਰ ਵੀ ਇੰਟਰਵਿਊ ਦੇ ਵਿੱਚ ਕੋਈ ਅਜਿਹਾ ਸਵਾਲ ਸੀ ਜਾਂ ਕੋਈ ਅਜਿਹਾ ਤੁਹਾਨੂੰ ਲੱਗਾ ਸੀ ਜਿਹਨੂੰ ਦੇਖ ਕੇ ਤੁਸੀਂ ਥੋੜ੍ਹਾ ਨਰਵਸ ਹੋ ਗਏ ਸੀ, ਤੁਹਾਨੂੰ ਲੱਗਾ ਸੀ ਕਿ ਸ਼ਾਇਦ ਇਸ ਵਾਰ ਵੀ ਕਿਤੇ ਨਾ ਰਹਿ ਜਾਵਾਂ ਮੈਂ? ਨਹੀਂ ਮੈਮ, ਇਸ ਵਾਰ ਇਹ ਸੀਗਾ, ਮੈਂ ਬਹੁਤ ਜ਼ਿਆਦਾ ਕੌਨਫੀਡੈਂਸ ਦੇ ਵਿੱਚ ਗਈ ਸੀਗੀ ਕਿ ਹਾਂ ਹੁਣ ਇੰਨਾ ਤਾਂ ਹੁੰਦਾ ਹੈਗਾ ਕਿ ਲਾਸਟ ਤੱਕ ਤੁਹਾਨੂੰ ਪਤਾ ਚੱਲ ਜਾਂਦਾ ਹੈਗਾ ਕਿ ਕਿੱਥੇ ਹੁਣ ਥੋੜ੍ਹਾ ਬਲਫ ਕਰਨਾ ਹੈਗਾ ਅਤੇ ਕਿੱਥੇ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਦੱਸਣੀਆਂ ਹੈਗੀਆਂ, ਅਤੇ ਇਹ ਸੀਗਾ ਕਿ ਇਸ ਟਾਈਮ ਤਾਂ ਕੋਈ ਇਹੋ ਜਿਹਾ ਨਹੀਂ ਹੋਇਆ, ਇਸ ਟਾਈਮ ਬਲਕਿ ਇਹ ਸੀਗਾ ਕਿ ਇੰਟਰਵਿਊ ਤੋਂ ਬਾਅਦ ਮੈਂ ਬਹੁਤ ਸ਼ੋਰ ਸੀਗੀ ਮੈਂ ਪੱਕਾ ਹੋ ਜਾਣਾ ਹੈਗਾ। ਪਹਿਲਾਂ ਆਪ ਹੀ ਫੀਲਿੰਗ ਆ ਜਾਂਦੀ ਸੀ ਕਿ ਨਹੀਂ ਯਾਰ ਅਤੇ ਨਹੀਂ ਹੋ ਪਾਊਂਗੀ, ਬਟ ਇਸ ਵਾਰ ਹੀ ਸੀਗਾ ਪੂਰਾ ਸ਼ੋਰ ਕਿ ਹੋ ਜਾਣਾ। ਅੱਛਾ, ਜਿਵੇਂ ਮੈਂ ਸ਼ੁਰੂਆਤ ਦੇ ਤੌਰ 'ਤੇ ਕਿਹਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਆ ਜ਼ਿਆਦਾਤਰ ਰੀਲਾਂ ਦੇ ਉੱਤੇ ਆਪਣਾ ਟਾਈਮ ਸਪੈਂਡ ਕਰਦੀ ਹੈ, ਫੋਨ ਕਿੰਨਾ ਕੁ ਯੂਜ਼ ਕਰਦੇ ਹੋ ਤੁਸੀਂ? ਮੈਮ, ਫੋਨ ਯੂਜ਼ ਕਰਨਾ ਅਤੇ ਫੋਨ ਵਾਈਜ਼ਲੀ ਯੂਜ਼ ਕਰਨ 'ਚ ਡਿਫਰੈਂਸ ਆ। ਲੋਕ ਰੀਲਸ 'ਤੇ ਕਰਦੇ ਆ, ਉਹ ਰੀਲਸ ਦੇ ਵਿੱਚ ਵੀ ਅਗਰ ਮੈਨੂੰ ਏਅਰਫੋਰਸ ਦਿਖਦੀ ਸੀ ਤਾਂ ਮੈਂ ਉਹ ਇੰਟਰਸਟ ਦੇ ਨਾਲ ਦੇਖਦੀ ਸੀ, ਜਿਹੜੀ ਮੈਨੂੰ ਕੋਈ ਇਨਫੋਰਮੇਸ਼ਨ ਮਿਲਦੀ ਸੀ ਤਾਂ ਉਹ ਰੀਲਸ ਤੋਂ ਵੀ ਲਿੱਤੀ ਆ ਮੈਂ, ਬਟ ਇਹ ਹੈਗਾ ਇਹ ਡਿਪੈਂਡ ਕਰਦਾ। ਮੈਂ ਆਪਣੀ ਸਾਰੀ ਐਜੂਕੇਸ਼ਨ ਅੱਜ ਤੱਕ ਦੀ ਮੈਂ ਕਹਾਂ ਮੈਂ ਯੂਟਿਊਬ ਤੋਂ ਹੀ ਕੀਤੀ ਆ, ਕਿਉਂਕਿ ਅੱਜ ਕੱਲ੍ਹ ਇਹੀ ਹੈਗਾ ਕਿ ਯੂਟਿਊਬ 'ਤੇ ਹਰ ਕੁਛ ਅਵੇਲੇਬਲ ਆ, ਗੂਗਲ 'ਤੇ ਹਰ ਕੁਛ ਅਵੇਲੇਬਲ ਆ, ਤਾਂ ਮੈਂ ਆਪਣੀ ਪਲੱਸ ਟੂ ਵੀ ਈਵਨ ਮੈਂ ਯੂਟਿਊਬ ਦੀ ਵੀਡੀਓਜ਼ ਦੇਖ ਕੇ ਪੜ੍ਹਾਈ ਕੀਤੀ ਆ, ਉਸ ਤੋਂ ਬਾਅਦ ਆਪਣੀ ਡਿਗਰੀ 'ਚ ਵੀ ਕੋਈ ਨਵੇਂ ਟੋਪਿਕ ਆਉਂਦਾ ਸੀ ਉਹ ਵੀ ਉੱਤੇ ਕੀਤੀ, ਅਤੇ SSB ਦੀ ਈਵਨ ਤਿਆਰੀ, ਕਿਉਂਕਿ ਮੇਰੇ ਹੁੰਦੇ ਇੱਦਾਂ ਸੀਗਾ ਕਿ ਕਰੋਨਾ ਆ ਗਿਆ ਸੀਗਾ ਅਤੇ ਸਾਡੀ ਉੱਥੋਂ ਵੀ ਟ੍ਰੇਨਿੰਗ ਬੰਦ ਹੋ ਗਈ ਸੀ ਮਾਈ ਭਾਗੋ ਤੋਂ, ਤਾਂ ਔਨਲਾਈਨ ਟ੍ਰੇਨਿੰਗ ਹੁੰਦੀ ਸੀਗੀ ਤਾਂ ਉਹਦੇ ਵਿੱਚ ਵੀ ਕੁਛ ਚੀਜ਼ਾਂ ਨਹੀਂ ਸਮਝ ਆਉਂਦੀਆਂ ਸੀ, ਫਿਰ ਯੂਟਿਊਬ ਦੀ ਵੀਡੀਓਜ਼ ਤੋਂ ਦੇਖਦੀ ਸੀ, ਅਤੇ ਇਹ ਤਾਂ ਆਪਣੇ ਉੱਪਰ ਡਿਪੈਂਡ ਕਰਦਾ ਤੁਸੀਂ ਹੁਣ ਉਹਨੂੰ ਕਿੱਦਾਂ ਯੂਜ਼ ਕਰਨਾ। ਤਾਂ ਬਿਲਕੁਲ, ਮਾਤਾ ਪਿਤਾ ਵੀ ਨਾਲ ਹੀ ਬੈਠੇ ਨੇ, ਗੱਲਬਾਤ ਕਰਦੇ ਉਹਨਾਂ ਦੇ ਨਾਲ ਵੀ। ਸਰ, ਕਿਹੋ ਜਿਹੀ ਤੁਹਾਡੀ ਫੀਲਿੰਗ ਹੈ, ਧੀ ਨੇ ਤੁਹਾਡਾ ਨਾਮ ਰੋਸ਼ਨ ਕੀਤਾ, ਤੁਹਾਡਾ ਕੀ ਬਲਕਿ ਸ਼ਹਿਰ ਪੂਰੇ ਪੰਜਾਬ ਨੂੰ ਅੱਜ ਮਾਣ ਹੈ ਤੁਹਾਡੀ ਧੀ 'ਤੇ, ਕੀ ਕਹਿਣਾ ਚਾਹੋਗੇ? ਮੈਂ ਦੇਖੋ, ਐਕਚੁਅਲੀ ਮੈਂ ਧੀ ਦਾ ਸਮਾਂ ਲੈਣਾ ਬੇਟਾ ਹੀ ਹੈ ਮੇਰਾ, ਇੱਕ ਬੇਟਾ, ਦੋ ਬੇਟੇ ਆ ਮੇਰੇ, ਅਤੇ ਬਾਕੀ ਜਦੋਂ ਇਹਨੇ ਪਹਿਲਾਂ ਆਲਰੇਡੀ ਨੇਵੀ 'ਚ ਵੀ ਸਿਲੈਕਸ਼ਨ ਹੋ ਗਈ ਸੀ, ਉੱਥੇ ਟ੍ਰੇਨਿੰਗ ਕਰ ਰਹੀ ਹੈ, ਅਤੇ ਹੁਣ ਏਅਰਫੋਰਸ ਦਾ ਇਹਦਾ ਸੀਗਾ ਕਿ ਧੀ ਮੈਂ ਏਅਰਫੋਰਸ 'ਚ ਜਾਣਾ ਹੀ ਜਾਣਾ ਸੀ, ਉਹਦੇ ਵਿੱਚ ਹੋਇਆ, ਅਤੇ ਹੁਣ ਇੱਕ ਐਕਸਟਰਾ ਖੁਸ਼ੀ, ਉਹ ਐਕਸਪਲੇਨ ਕਰਨੀ ਬੜੀ ਮੁਸ਼ਕਿਲ ਹੈ ਕਿ ਮੈਂ ਕਿੱਦਾਂ ਖੁਸ਼ੀ ਦੱਸਾਂਗੇ ਹੋ ਗਿਆ, ਪਰ ਜੋ ਕਿ ਬੰਦੇ ਦਾ ਸੁਪਨਾ ਇੰਡੀਆ 'ਚ ਰਹਿ ਕੇ ਹੋ ਗਿਆ, ਜਿਹਦਾ ਆਮ ਬੱਚੇ ਜਿੱਦਾਂ ਮੈਂ ਬਾਹਰ ਚਲੇ ਜਾਣਾ, ਮੈਂ ਚੱਲ ਉੱਥੇ ਇੰਨੀ ਮਜ਼ਦੂਰੀ ਕਰਨੀ, ਇੰਨਾ ਔਖਾ ਹੋ ਕੇ ਕਰਨਾ, ਉਹ ਕੁੜੀ ਨੇ ਇੱਥੇ ਹੀ ਸਾਰਾ ਕੁਝ ਦੱਸਤਾ। ਸਟਾਰਟਿੰਗ ਵਿੱਚ ਮੈਂ ਵੀ ਉਹਨੂੰ ਪੁੱਛਿਆ, ਬੇਟੇ ਤੁਸੀਂ ਵੀ ਜਾਣਾ, ਮੈਂ ਤੁਹਾਡੀ ਪੜ੍ਹਾਈ 'ਤੇ ਉਹਨੂੰ ਖਰਚਾ ਕਰਨਾ ਸੀ, ਉਹ ਤੁਹਾਨੂੰ ਬਾਹਰ ਲਗਾ ਦਾਂ ਕਰਕੇ, ਨਾ ਬੇਟੇ ਨੇ ਵੀ ਮਨਾ ਕਰਤਾ, ਇਹਨੇ ਬੇਟੀ ਨੇ ਵੀ ਕਿਹਾ ਨਹੀਂ, ਸਭ ਕੁਛ ਇੰਡੀਆ ਵਿੱਚ ਹੀ, ਇੱਥੇ ਟਰਾਈ ਕਰਾਂਗੇ, ਉੱਥੇ ਸਭ ਨੂੰ ਮਿਲ ਜਾਏ। ਸ਼ੁਰੂਆਤੀ ਦੌਰ ਤੋਂ ਕਿਵੇਂ ਆਪਦੀ ਧੀ ਨੂੰ ਸਪੋਰਟ ਕੀਤਾ, ਤਾਂ ਕਿਵੇਂ ਫਿਰ ਪੜਾ ਬਾਏ ਪੜਾ ਅਲੀਸ਼ਾ ਹੋਣਾ ਨੂੰ ਅੱਗੇ ਵਧਾਉਂਦੇ ਗਏ ਹੋ ਤੁਸੀਂ? ਦੇਖੋ, ਇਹਨੇ ਜੋ ਵੀ ਕਹਿਣਾ, ਪਾਪਾ ਮੈਂ ਇਹ ਚੀਜ਼ ਕਰਨੀ ਹੈ ਜਾਂ ਮੈਂ ਇੱਥੇ ਕੋਈ ਟ੍ਰੇਨਿੰਗ ਹੈਗੀ ਹੈ ਜਾਂ ਮੈਂ ਇਹ ਚੀਜ਼, ਮੈਂ ਕਦੀ ਇਹਨੂੰ ਮਨਾ ਨਹੀਂ ਕੀਤਾ। ਔਰ ਇਹਦਾ ਬ੍ਰਦਰ ਹੈ, ਉਹਨੇ ਕਦੀ ਮੈਂ ਕਹਿੰਦਾ ਚੱਲ ਬੰਗਲੌਰ ਜਾਣਾ, ਕਿ ਇੰਡੀਆ ਬਹੁਤ ਵੱਡਾ, ਕਿ ਟ੍ਰੇਨ 'ਤੇ ਦੋ ਦੋ ਤਿੰਨ ਤਿੰਨ ਦਿਨ ਵੀ ਲੱਗ ਜਾਂਦੇ, ਇਹਦੇ ਬ੍ਰਦਰ ਨੇ ਉਦੋਂ ਹੀ ਟਿਕਟ ਕਰਾ ਦੇਣੀ ਪਾਈ ਹੈ ਕਿ ਬੰਗਲੌਰ ਜਾਣਾ, ਮੈਸੂਰ ਜਾਣਾ, ਉਹਨੇ ਨਾਲ ਹੀ ਕਰਾ ਕੇ ਪੂਰਾ ਸਪੋਰਟ ਜਿੰਨਾ ਸਾਡੇ ਕੋਲ ਸੀ ਨਾਲ ਦਿੰਦੇ ਰਹੇ ਨੂੰ, ਕਦੀ ਨਹੀਂ ਇਹ ਕਿਹਾ ਕਿ ਲੈ ਵੀ ਇੰਨੇ ਪੈਸੇ ਲੱਗਣੇ ਜਾਂ ਕਿੱਦਾਂ ਏਅਰਲਾਈਨ ਦਾ, ਫਟਾਫਟ ਕਰਾ ਰਹੇ ਉਹ ਸਾਡਾ ਸਾਰਾ ਕੁਛ, ਇੱਕ ਦਿਨ 'ਚ ਜਦੋਂ ਰਿਜ਼ਲਟ ਆਇਆ ਪੂਰਾ ਹੋ ਗਿਆ ਸਰ। ਅੱਛਾ ਮੈਮ, ਕਾਫੀ ਵਾਰੀ ਅਟੈਂਪਟ ਕੀਤਾ ਇਹਨਾਂ ਨੇ, 9ਵੀਂ ਵਾਰ ਇਸ ਵਾਰ ਇਹਨਾਂ ਨੇ
ਜਿੱਤ ਹਾਸਲ ਕੀਤੀ, ਆਪਣੇ ਮੁਕਾਮ ਤੱਕ ਪਹੁੰਚੇ ਨੇ, ਤਾਂ ਉਹਨਾਂ 9 ਅਟੈਂਪਟਾਂ ਦੇ ਵਿੱਚ ਕਿਹੜੀ ਵਾਰ, ਮਤਲਬ ਕਿੰਨੀ ਵਾਰ ਤੁਸੀਂ ਆਪਣੀ ਧੀ ਨੂੰ ਟੁੱਟਦੇ ਹੋਏ ਵੇਖਿਆ ਅਤੇ ਕਿਵੇਂ ਇਹਨਾਂ ਨੂੰ ਸਾਂਭਦੇ ਸੀ ਤੁਸੀਂ? ਦੇਖੋ ਜਿਹੜੀ ਸਾਡੀ ਧੀ ਹੈ ਨਾ, ਇਹਨੇ ਸਾਡੇ ਨਾਲ ਕਦੀ ਮਤਲਬ ਆਪਣਾ ਜਿਹੜੀ ਕਹਿ ਲਓ ਵੀ ਜੇ ਟੁੱਟਦੀ ਵੀ ਸੀ ਜਦੋਂ ਨਾ, ਤਾਂ ਇਹ ਸਾਡੇ ਨਾਲ ਬਹੁਤਾ ਜ਼ਿਆਦਾ ਸ਼ੇਅਰ ਨਹੀਂ ਕਰਦੀ ਸੀ। ਇਹਨੂੰ ਇਹ ਲੱਗਦਾ ਸੀ ਅਗਰ ਮੈਂ ਸ਼ੇਅਰ ਕਰੂੰਗੀ ਤਾਂ ਮੇਰੇ ਜਿਹੜੇ ਮੰਮੀ ਪਾਪਾ ਵੀ ਕਿਤੇ ਉਹ ਵੀ ਨਾ ਟੁੱਟ ਜਾਣ, ਅਤੇ ਅਸੀਂ ਇਹਨੂੰ ਹਰ ਵਾਰੀ ਸਪੋਰਟ ਕਰਦੇ ਸੀ ਵੀ ਨਹੀਂ ਬੇਟੇ ਕੋਈ ਗੱਲ ਨਹੀਂ, ਜੇ ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਹੋਏਗਾ, ਅਤੇ ਤੂੰ ਕਦੇ ਨਾ ਕਦੇ ਤੈਨੂੰ ਜਿੱਤ ਜ਼ਰੂਰ ਮਿਲੂਗੀ। ਅਤੇ ਉਹ ਉਹਨੇ ਕਰਕੇ ਸਾਨੂੰ ਦਿਖਾਇਆ, ਅਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਇੰਡੀਅਨ ਨੇਵੀ 'ਚ ਹੋਈ। ਅਤੇ ਫਿਰ ਵੀ ਇਹਦੇ ਮਨ ਵਿੱਚ ਇਹ ਸੀਗਾ ਕਿ ਮੈਂ ਇੰਡੀਅਨ ਏਅਰਫੋਰਸ ਦੇ ਵਿੱਚ ਜਾਣਾ। ਜਦੋਂ ਹੁਣ ਆਇਆ ਰਿਜ਼ਲਟ ਆਇਆ, ਅਤੇ ਉਦੋਂ ਵੀ ਥੋੜ੍ਹਾ ਜਿਹਾ ਇਹਦਾ ਮਨ ਹੋਇਆ ਕਿ ਨਹੀਂ ਮੰਮੀ, 5-7 ਮਹੀਨੇ ਦੀ ਟ੍ਰੇਨਿੰਗ ਕਰਕੇ ਆਈ ਹਾਂ। ਮੈਂ ਕਿਹਾ ਵੀ ਅਸੀਂ ਤੁਹਾਨੂੰ ਕਹਿੰਦੀ ਕੋਈ ਇਸ ਚੀਜ਼ ਦੀ ਨਾਰਾਜ਼ਗੀ ਤਾਂ ਨਹੀਂ ਕਿ ਮੈਂ ਹੁਣ ਫਿਰ ਦੁਬਾਰਾ ਟਾਈਮ ਲਗਾਊਂਗੀ। ਅਸੀਂ ਇਹਨੂੰ ਕਿਹਾ ਨਹੀਂ, ਜੇ ਉਹ ਤੇਰਾ ਸੁਪਨਾ ਨਾ, ਜੋ ਤੇਰਾ ਡਰੀਮ ਸੀਗਾ, ਤੇਰਾ ਡਰੀਮ ਇਹ ਸੀ ਕਿ ਮੈਂ ਆਕਾਸ਼ ਦੇ ਵਿੱਚ ਉੱਡਣਾ ਚਿੜੀਆਂ ਵਾਂਗ, ਅਤੇ ਅਸੀਂ ਇਹਨੂੰ ਇਹ ਕਿਹਾ ਵੀ ਨਹੀਂ, ਜੇ ਤੈਨੂੰ ਰੱਬ ਮੌਕਾ ਦਿੰਦਾ ਤਾਂ ਜ਼ਰੂਰ। ਤੁਸੀਂ ਬਤੌਰ ਅਧਿਆਪਕ ਸੇਵਾਵਾਂ ਆਪਣੀਆਂ ਕਾਫੀ ਸਮੇਂ ਤੋਂ ਨਿਭਾ ਰਹੇ ਹੋ, ਤਾਂ ਜਦੋਂ ਬਚਪਨ ਦੇ ਵਿੱਚ ਅਲੀਸ਼ਾ ਪੜ੍ਹਦੇ ਸੀ ਤਾਂ ਪੜ੍ਹਾਈ ਦੇ ਵਿੱਚ ਕਿਵੇਂ ਦੇ ਸੀ, ਤੁਸੀਂ ਕਿਵੇਂ ਸਪੋਰਟ ਕੀਤਾ ਇਹਨਾਂ ਨੂੰ? ਦੇਖੋ ਮੈਂ ਤਾਂ ਆਪਣੇ ਦੋਨਾਂ ਬੱਚਿਆਂ ਨੂੰ ਜਿੰਨਾ ਵੱਧ ਤੋਂ ਵੱਧ ਸਪੋਰਟ ਕਰ ਸਕਦੀ ਸੀ ਨਾ, ਕਿ ਮੈਂ ਆਪਣੇ ਬੱਚੇ ਮੋਸਟਲੀ ਕਦੀ ਟਿਊਸ਼ਨ ਨਹੀਂ ਰੱਖੀ, ਮੈਂ ਬੱਚਿਆਂ ਨੂੰ ਆਪ ਹੀ ਪੜ੍ਹਾਉਂਦੀ ਰਹੀ ਹਾਂ। ਅਤੇ ਜੋ ਅਸੀਂ ਆਪ ਪੜ੍ਹਾਉਂਦੇ ਨਾ ਵਧੀਆ ਤਰੀਕੇ ਨਾਲ, ਉਹ ਟਿਊਸ਼ਨ 'ਤੇ ਨਹੀਂ ਬੱਚਾ ਸਿੱਖ ਸਕਦਾ। ਇਹਨਾਂ ਨੂੰ ਬਚਪਨ ਤੋਂ ਹੀ ਮਤਲਬ ABC ਤੋਂ ਲੈ ਕੇ ਉੱਧਰ ਆ ਛੋਟੇ ਤੋਂ ਲੈ ਕੇ ਅਸੀਂ ਇਹਨਾਂ ਨੂੰ ਵਧੀਆ ਤੋਂ ਵਧੀਆ ਪੜ੍ਹਾਉਣਾ ਸਿਖਾਇਆ। ਅਤੇ ਠੀਕ ਹੈ, ਬੱਚਿਆਂ ਨੇ ਵੀ ਸਾਨੂੰ ਸਾਡਾ ਸਾਥ ਦਿੱਤਾ ਨਾ। ਬੇਟੇ ਮੇਰੇ ਨੇ ਬੀਟੈਕ ਕੀਤੀ ਮਕੈਨੀਕਲ ਇੰਜੀਨੀਅਰਿੰਗ 'ਚ, ਅਤੇ ਉਹਨੇ ਵੀ ਉਹਦੀ ਵੀ ਬਹੁਤ ਅੱਛੀ ਜੋਬ ਹੈ, ਉਹਨਾਂ 'ਚ ਅੱਜ ਕੱਲ੍ਹ ਜੋਬ ਕਰਦਾ ਪਿਆ। ਬੇਟੀ ਮੇਰੀ ਵੀ ਮਤਲਬ ਦੇਖੋ ਤੁਹਾਨੂੰ ਪਤਾ ਹੀ ਏਅਰਫੋਰਸ ਵਿੱਚ ਪਹੁੰਚ ਗਈ ਹੈ, ਅਤੇ ਬਹੁਤ ਖੁਸ਼ੀ ਦੀ ਗੱਲ ਹੈ। ਮਾਂ ਬਾਪ ਲਈ ਦੇਖੋ ਇੱਕ ਇਹੀ ਹੁੰਦਾ ਕਿ ਅਗਰ ਬੱਚੇ ਕਾਮਯਾਬ ਹੋ ਤਾਂ ਸਮਝ ਲਓ ਕਿ ਸਾਡੀ ਤਪੱਸਿਆ ਖਤਮ ਹੋ ਗਈ, ਜਿਹੜੀ ਅਸੀਂ ਇੰਨੇ ਸਾਲਾਂ ਦੀ ਤਪੱਸਿਆ ਕਰਦੇ ਸੀ। ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਜ਼ਿਆਦਾ ਰਿਚ ਫੈਮਿਲੀ 'ਚ ਹੋਣੀ ਹੈ, ਅਸੀਂ 0 ਤੋਂ ਉੱਠ ਕੇ ਇੱਥੇ ਤੱਕ ਪਹੁੰਚੇ, ਠੀਕ ਹੈ। ਜੇ ਬੱਚੇ ਚੰਗੇ ਆ ਤਾਂ ਸਮਝ ਲਓ ਸਾਡੀ ਅਸੀਂ ਵਧੀਆ ਕਮਾਈ ਕੀਤੀ। ਜਦੋਂ ਹੀ ਪਤਾ ਲੱਗਾ ਕਿ ਬੇਟੀ ਦਾ ਸੁਪਨਾ ਪੂਰਾ ਹੋ ਗਿਆ, ਸਭ ਤੋਂ ਪਹਿਲਾਂ ਤੁਹਾਡਾ ਕੰਮ ਕੀ ਸੀਗਾ? ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਿਵੇਂ ਕੀਤਾ ਤੁਸੀਂ? ਪਰਮਾਤਮਾ ਦਾ ਜਿਹੜਾ ਅਸੀਂ ਆਪਣੇ ਘਰ ਮੰਦਰ ਬਣਾਇਆ, ਮੈਂ ਲੱਡੂ ਗੋਪਾਲ ਜੀ ਰੱਖੇ ਹੋਏ ਆ, ਸਭ ਤੋਂ ਪਹਿਲਾਂ ਮੈਂ ਜਾ ਕੇ ਉਹਨਾਂ ਨੂੰ ਹੀ ਜਾ ਕੇ ਮੱਥਾ ਟੇਕੀਦਾ, ਉੱਥੇ ਉਹਨਾਂ ਦੇ ਅੱਗੇ ਕਿਹਦਾ ਜੋ ਭਗਵਾਨ ਤੁਸੀਂ ਲੱਡੂ ਗੋਪਾਲ ਜੀ ਕਰਦੇ ਪਏ, ਬਸ ਉਹ ਠੀਕ ਹੈ ਮੇਰੇ ਬੱਚਿਆਂ ਦੇ ਲਈ। ਅਤੇ ਸਿੱਧੇ ਰਸਤੇ ਪਾਉਣਾ ਹਮੇਸ਼ਾ, ਮੱਥਾ ਹੀ ਟੇਕੀਦਾ ਜਾ ਕੇ ਵੀ, ਜਦੋਂ ਵੀ ਖੜ੍ਹੇ ਹੋਈਦਾ ਰੱਬ ਦੇ ਹੱਥ ਦਰਬਾਰ ਦੇ ਵਿੱਚ, ਵੀ ਵੀ ਸਾਡੇ ਬੱਚਿਆਂ ਨੂੰ ਅੱਛੀ ਬੁੱਧੀ ਦੇਣਾ, ਇਹਨਾਂ ਨੂੰ ਕਿਸੇ ਗਲਤ ਰਸਤੇ 'ਤੇ ਨਾ ਪਾਈ। ਬਸ ਸਾਡੀ ਇੱਕ ਇਹੀ ਤਮੰਨਾ ਵੀ ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਬਾਕੀ ਦੇਖੋ ਪੈਸਾ ਤਾਂ ਹਰ ਬੰਦੇ ਕਿਸੇ ਵੀ ਤਰੀਕੇ ਨਾਲ ਕਮਾਇਆ ਜਾ ਸਕਦਾ, ਜਿਹੜਾ ਮਿਹਨਤ ਨਾਲ ਕਮਾਇਆ ਪੈਸਾ, ਜਾਂ ਜਿਹੜਾ ਬੱਚੇ ਨੇ ਆਪਣੀ ਮਿਹਨਤ ਜਾਂ ਲਗਨ ਨਾਲ, ਜਾਂ ਜਿਹੜਾ ਮੁਕਾਮ ਹਾਸਲ ਕੀਤਾ ਉਹਦੇ ਨਾਲ ਜਿਹੜਾ ਕਮਾਇਆ ਪੈਸਾ, ਉਹ ਮਤਲਬ ਸਾਨੂੰ ਹੋਰ ਵੀ ਅੱਗੇ ਲੈ ਕੇ ਜਾਊਗਾ। ਅੱਛਾ ਅਲੀਸ਼ਾ, ਤੁਹਾਡੇ ਤੋਂ ਸਵਾਲ ਲੈਣਾ ਚਾਹੂੰਗੀ ਅਤੇ ਜਾਣਨਾ ਚਾਹਾਂਗੀ ਕਿ ਜਦੋਂ ਵੀ ਆਪਾਂ ਕੋਈ ਚੀਜ਼ ਨੂੰ ਹਾਸਲ ਕਰਨਾ, ਬੜੀਆਂ ਸਾਰੀਆਂ ਚੀਜ਼ਾਂ ਉਹਦੇ ਪਿੱਛੇ ਗਵਾਉਣੀਆਂ ਪੈਂਦੀਆਂ, ਤੁਸੀਂ ਕੀ ਕੁਝ ਗਵਾਇਆ ਏਅਰਫੋਰਸ ਦੇ? ਪਹਿਲਾਂ ਤਾਂ ਸਭ ਤੋਂ ਜ਼ਿਆਦਾ ਜੋ ਮੈਂ ਗਵਾਇਆ ਹੈ ਉਹ ਤਾਂ ਟਾਈਮ ਹੈ। ਲਾਈਕ ਕਾਫੀ ਟਾਈਮ ਤੋਂ ਮੈਂ ਟਰਾਈ ਕਰ ਰਹੀ ਸੀਗੀ, ਬਟ ਇਹ ਸੀਗਾ ਕਿ ਕਈ ਲੋਕ ਹੁੰਦੇ ਛੱਡ ਜਾਂਦੇ ਆ ਇੱਕ ਦੋ ਦੇ ਵਿੱਚ ਹੀ ਕਿ ਨਹੀਂ ਹੁੰਦਾ ਪਿਆ ਹੈਗਾ, ਚਲੋ ਕੋਈ ਗੱਲ ਨਹੀਂ ਕੁਛ ਹੋਰ ਕਰ ਲੈਂਦੇ ਆ। ਬਟ ਮੈਂ ਕੰਸਿਸਟੈਂਟ ਸੀਗੀ ਇਸ ਚੀਜ਼ ਨੂੰ ਲੈ ਕੇ ਕਿ ਹੁਣ ਪਾਉਣਾ ਤਾਂ ਆ ਹੀ ਪਾਉਣਾ, ਮਤਲਬ ਇੱਦਾਂ ਕਿੱਦਾਂ ਕਿ ਇਹ ਚੀਜ਼ ਮੈਨੂੰ ਨਹੀਂ ਮਿਲਦੀ ਪਈ ਹੈ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਆ ਕਿ ਟਾਈਮ ਆਪਣਾ ਸੈਕਰੀਫਾਈਸ ਕੀਤਾ। ਫਿਰ ਇਹ ਹੈਗਾ ਕਿ ਪੜ੍ਹਾਈ ਦੇ ਕਾਰਨ ਇਹ ਹੁੰਦਾ ਸੀ ਕਿ ਕਈ ਵਾਰੀ ਬਹੁਤ ਜ਼ਿਆਦਾ ਵੀ ਤੁਸੀਂ ਟੈਂਸਡ ਹੋ ਜਾਂਦੇ ਹੋ, ਮੇਰੀ ਬੋਡੀ 'ਤੇ ਵੀ ਅਸਰ ਹੋਇਆ ਉਸ ਚੀਜ਼ ਦਾ।
ਵੀਕ ਵੀਕ ਹੋਣਾ ਸ਼ੁਰੂ ਹੋ ਗਈ, ਲਾਈਕ ਪੇਰੈਂਟਸ ਨੇ ਫਿਰ ਸਪੋਰਟ ਕੀਤਾ ਕਿ ਨਹੀਂ ਖਾਣਾ ਪੀਣਾ ਨਹੀਂ ਛੱਡਣਾ ਚਾਹੀਦਾ ਹੈਗਾ। ਇਹ ਸੀਗਾ ਕਿ ਇਹ ਸਭ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਮੇਰੀਆਂ ਸੈਕਰੀਫਾਈਜ਼ ਹੋਈਆਂ ਸੀ। ਅੱਛਾ ਲਿਸ਼ਾ, ਜਿਵੇਂ ਤੁਸੀਂ ਦੱਸਿਆ ਕਿ ਇਹ ਨੌਵਾਂ ਅਟੈਂਪਟ ਰਿਹਾ ਹੈ ਨਾ ਤੁਹਾਡਾ, ਵੱਡੀ ਮਤਲਬ ਇੱਕ ਵੱਡੀ ਗੱਲ ਹੈ ਕਿ ਨੌ ਵਾਰ ਇੱਕ ਹੀ ਚੀਜ਼ ਲਈ ਟਰਾਈ ਕਰਨਾ। ਬੜੇ ਸਾਰੇ ਰਿਸ਼ਤੇਦਾਰ ਵੀ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਬਾਰੇ ਪਤਾ ਹੋਏਗਾ, ਇੱਕ ਦੋ ਵਾਰ ਜਦੋਂ ਥੋੜ੍ਹਾ ਫੇਲ ਹੋਏ ਹੋ ਤੁਸੀਂ, ਕਿਸੇ ਨੇ ਕਿਹਾ ਨਹੀਂ ਕਿ ਛੱਡ ਦਿਉ, ਕਿਹੜੇ ਕੰਮ ਪਏ ਹੋ ਤੁਸੀਂ, ਨਹੀਂ ਤੁਹਾਡੇ ਕੋਲ ਹੋ ਰਿਹਾ ਤਾਂ ਇਸ ਚੀਜ਼ ਨੂੰ ਛੱਡ ਦਿਉ, ਡੀਮੋਟੀਵੇਟ ਨਹੀਂ ਕੀਤਾ? ਕਿਉਂਕਿ ਅਕਸਰ ਮਤਲਬ ਕੁਝ ਲੋਕ ਹੁੰਦੇ ਨੇ ਵਿੱਚ, ਕੁਝ ਲੋਕ ਤਾਂ ਤੁਹਾਨੂੰ ਅੱਗੇ ਵਧਣ ਦੀ ਸਲਾਹ ਦੇਣਗੇ ਪਰ ਕੁਝ ਲੋਕ ਤੁਹਾਨੂੰ ਪਿੱਛੇ ਖਿੱਚਣਗੇ। ਸੀਗੇ ਕੋਈ ਅਜਿਹੇ ਵੀ ਲੋਕ ਤੁਹਾਡੀ ਜ਼ਿੰਦਗੀ 'ਚ? ਮੈਮ ਇਹ ਹੈ ਕਿ ਹਮੇਸ਼ਾ ਇੱਦਾਂ ਦੇ ਲੋਕ ਤੁਹਾਨੂੰ ਮਿਲੂਗੇ। ਮੈਂ ਬਹੁਤ ਪਹਿਲਾਂ ਇੱਕ ਲਾਈਨ ਪੜ੍ਹੀ ਸੀਗੀ ਕਿਤੇ, ਜਿਹੜੇ ਲੋਕ ਤੁਹਾਨੂੰ ਪਿੱਛੋਂ ਖਿੱਚਦੇ ਆ ਨਾ ਉਹ ਕਿਸੇ ਕਾਰਨ ਪਿੱਛੇ ਹੀ ਤੁਹਾਡੇ ਪਿੱਛੇ ਆ, ਅਗਰ ਉਹ ਤੁਹਾਡੇ ਆਪਣੇ ਹੁੰਦੇ ਤੁਹਾਡੇ ਅੱਗੇ ਹੁੰਦੇ, ਅਤੇ ਜਿੰਨਾ ਅਗਰ ਉਹ ਪਿੱਛੋਂ ਤੁਹਾਨੂੰ ਖਿੱਚਦੇ ਪਏ ਆ, ਇਟ ਮੀਨਸ ਕਿ ਆਪਣੇ ਦਿਮਾਗ 'ਚ ਇਹ ਰੱਖੋ ਕਿ ਉਹ ਚੀਜ਼ ਬਹੁਤ ਕੀਮਤੀ ਆ ਜਿਹੜੀ ਉਹ ਚਾਹੁੰਦੇ ਨਹੀਂ ਆ ਕਿ ਤੁਸੀਂ ਲੈ ਲਓ, ਅਤੇ ਇਹੀ ਦਿਮਾਗ ਦੇ ਵਿੱਚ ਰੱਖੋਗੇ, ਮਿਹਨਤ ਕਰੋਗੇ ਤਾਂ ਮਤਲਬ ਕਿਹੋ ਜਿਹੀ ਚੀਜ਼ ਹੈਗੀ ਆ ਕਿ ਤੁਹਾਨੂੰ ਨਹੀਂ ਮਿਲੂਗੀ। ਕੋਈ ਖਿੱਚ ਸਕਦਾ ਬਟ ਤੁਹਾਡੀ ਜਿਹੜੀਆਂ ਰੇਖਾਵਾਂ ਉਹ ਤੋਂ ਤਾਂ ਨਹੀਂ ਛਿੰਨ ਸਕਦਾ ਨਾ। ਇਹ ਇੰਸਪਾਇਰ ਤੁਸੀਂ ਕਿਵੇਂ ਹੋਏ ਇਸ ਪਾਸੇ ਨੂੰ? ਕਿਉਂਕਿ ਜੇਕਰ ਕੁੜੀਆਂ ਦੀ ਗੱਲ ਕਰੀਏ, ਯੂਜਲੀ ਪੇਰੈਂਟਸ ਦੇ ਵੀ ਇਹ ਸੁਪਨੇ ਹੁੰਦੇ ਨੇ ਕਿ ਲੜਕੀ ਨੂੰ ਪੜ੍ਹਾਇਆ, ਕਿਸੇ ਬੈਂਕ 'ਚ ਜੋਬ ਲਵਾਤੀ ਜਾਂ ਫਿਰ ਟੀਚਰ ਬਣਾ ਦਿੱਤਾ। ਏਅਰਫੋਰਸ ਵੱਲ ਨੂੰ ਕਿਵੇਂ ਤੁਹਾਡਾ ਇੰਟਰਸਟ ਪੈਦਾ ਹੋਇਆ ਅਤੇ ਪੇਰੈਂਟਸ ਨੇ ਫਿਰ ਅੱਗੇ ਕਿਵੇਂ ਵਧਾਇਆ ਤੁਹਾਨੂੰ? ਮੈਮ ਡਿਫੈਂਸ ਵੱਲ ਤਾਂ ਇਹ ਵੀ ਸੀਗਾ ਕਿ ਮੇਰੇ ਦਾਦੂ ਆਰਮੀ ਦੇ ਵਿੱਚ ਸੀਗੇ, ਮੇਰੇ ਨਾਨਾ ਜੀ ਵੀ ਆਰਮੀ ਦੇ ਵਿੱਚ ਸੀਗੇ, ਅਤੇ ਇਹ ਸੀਗਾ ਕਿ ਡਿਫੈਂਸ ਇੱਦਾਂ ਨਹੀਂ ਕਿ ਬਿਲਕੁਲ ਹੀ ਡਿਫੈਂਸ ਵਾਲਾ ਬੈਕਗਰਾਉਂਡ ਨਹੀਂ ਸੀਗਾ। ਪਾਪਾ ਤੋਂ ਇਹ ਆ ਕਿ ਪਾਪਾ ਤੋਂ ਬਾਅਦ ਫਿਰ ਨਹੀਂ ਗਿਆ ਕੋਈ ਵੀ, ਬਟ ਇਹ ਹੈਗਾ ਕਿ ਦਾਦਾ ਜੀ ਸੀਗੇ। ਡਿਫੈਂਸ ਤਾਂ ਕਲੀਅਰ ਸੀਗਾ ਕਿ ਹਾਂ ਪਤਾ ਹੈ ਕਿ ਇੱਕ ਫੀਲਡ ਹੈ ਇਹੋ ਜਿਹਾ, ਬਟ ਏਅਰਫੋਰਸ ਦਾ ਸੀਗਾ। ਮੈਨੂੰ ਪਲੇਨਸ ਦਾ ਬਹੁਤ ਸ਼ੌਂਕ ਸੀ ਸ਼ੁਰੂ ਤੋਂ ਲੈ ਕੇ, ਤਾਂ ਥੋੜ੍ਹੀ ਟੈਕ ਬੈਕਗਰਾਉਂਡ ਰਹੀ ਆ, ਪਾਪਾ ਵੀ ਆਈ ਟੀ ਦੇ ਵਿੱਚ ਆ ਅਤੇ ਬ੍ਰਦਰ ਵੀ ਮਕੈਨੀਕਲ ਆ, ਤਾਂ ਆਪਾਂ ਕਾਫੀ ਟਾਈਮ ਹੁੰਦਾ ਕਿ ਆਪਾਂ ਡਿਸਕਸ ਕਰਦੇ ਰਹਿੰਦੇ ਸੀਗੇ ਪਲੇਨਸ ਬਾਰੇ, ਮਸ਼ੀਨਸ ਦੇ ਬਾਰੇ, ਤਾਂ ਉਹ ਇੰਟਰਸਟ ਜਾ ਗਿਆ ਫਲਾਇੰਗ ਨੂੰ ਲੈ ਕੇ, ਤਾਂ ਉਹ ਪਲੇਨਸ 'ਤੇ ਇੰਟਰਸਟ ਤੋਂ ਪਤਾ ਚੱਲਿਆ ਵੱਡੇ ਹੋ ਗਏ ਕਿ ਏਅਰਫੋਰਸ ਹੈ, ਅਤੇ ਜਦ ਪਤਾ ਚੱਲਿਆ ਕਿ ਸਾਡੇ ਕੋਲ ਡਿਫੈਂਸ ਦੇ ਵਿੱਚ ਵੀ ਕਿੰਨੇ ਨੇ ਏਅਰਫੋਰਸ ਹੈਗੇ ਆ, ਅਤੇ ਇਸ ਤੋਂ ਵਧੀਆ ਮੌਕਾ ਕੀ ਸੀਗਾ ਕਿ ਅਗਰ ਮੈਂ ਆਪਣੀ ਕੰਟਰੀ ਨੂੰ ਸਰਵ ਕਰ ਸਕਾਂ। ਫਿਰ ਇਸ ਲਈ ਚੂਜ਼ ਕੀਤਾ। ਇੱਕ ਲਾਸਟ ਸਵਾਲ ਹੈ, ਜਿੰਨੇ ਵੀ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਮੈਮ ਸਭ ਤੋਂ ਵੱਡਾ ਮੈਸੇਜ ਤਾਂ ਇਹ ਆ, ਅਗਰ ਮੈਂ 9 ਅਟੈਂਪਟਸ ਤੋਂ ਬਾਅਦ ਇੱਥੇ ਬੈਠ ਸਕਦੀ ਹਾਂ, ਤਾਂ ਜਿਹੜੇ ਲੋਕ ਬਾਹਰ ਜਾ ਰਹੇ ਨੇ ਜਾਂ ਜਿਨ੍ਹਾਂ ਨੂੰ ਲੱਗ ਰਿਹਾ ਹੈਗਾ ਕਿ ਉਹ ਫੇਲ ਹੋ ਰਹੇ ਨੇ, ਮੇਰੇ ਹਿਸਾਬ ਨਾਲ ਤਾਂ ਫੇਲੀਅਰ ਇੱਕ ਸਟੈਪਿੰਗ ਸਟੋਨ ਹੁੰਦਾ ਹੈਗਾ, ਅਤੇ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਕਦੀ ਨਾ ਕਦੀ ਤਾਂ ਤੁਸੀਂ ਉਹ ਮੁਕਾਮ ਨੂੰ ਹਮੇਸ਼ਾ ਹਾਸਿਲ ਕਰ ਲਉਂਗੇ, ਅਤੇ ਕਦੀ ਵੀ ਹਾਰ ਨਾ ਮੰਨੋ। ਅਗਰ ਹਾਰਦੇ ਵੀ ਹੋ ਤਾਂ ਉਹਨੂੰ ਐਜ਼ ਇਹੀ ਸੋਚੋ ਕਿ ਠੀਕ ਹੈ, ਇਹ ਚੀਜ਼ ਹਜੇ ਮੈਨੂੰ ਨਹੀਂ ਆਉਂਦੀ, ਮਿਹਨਤ ਕਰੂੰਗੀ ਤਾਂ ਮੈਂ ਉਹਨੂੰ ਸਿੱਖ ਜਾਊਂਗੀ, ਤਾਂ ਮੈਂ ਉਹਦੇ ਵਿੱਚ ਅੱਛਾ ਕਰ ਪਾਊਂਗੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਇਹ ਸਨ ਅਲੀਸ਼ਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ, ਅਤੇ ਇਹਨਾਂ ਦੇ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਤਾਂ ਵਾਕਈ ਹੀ ਅਲੀਸ਼ਾ ਨੇ ਬਿਹਤਰੀਨ ਕੰਮ ਕਰਕੇ ਵਿਖਾਇਆ, ਭਾਵੇਂ ਵਾਰ ਵਾਰ ਡਿੱਗੇ ਹੈ ਪਰ ਵਾਰ ਵਾਰ ਉੱਠ ਕੇ ਹੌਸਲਾ ਨਹੀਂ ਹਾਰਿਆ, ਤਿਆਰੀ ਕੀਤੀ ਹੈ ਅਤੇ ਆਪਣੀ ਮੰਜ਼ਿਲ ਤੱਕ ਪਹੁੰਚੇ ਨੇ। ਤਾਂ ਬਹੁਤ ਸਾਰੇ ਨੌਜਵਾਨ ਪੀੜ੍ਹੀ ਦੇ ਮੁੰਡੇ ਵੀ ਨੇ, ਕੁੜੀਆਂ ਵੀ ਨੇ, ਨੌਜਵਾਨੀ ਜਿਹੜੀ ਹੈਗੀ ਹੈ ਪੰਜਾਬ ਦੀ ਉਹ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ, ਪਲਾਇਨ ਕਰ ਰਹੀ ਹੈ, ਪਰ ਜੇਕਰ ਕਿਸੇ ਨੇ ਆਪਣਾ ਭਵਿੱਖ ਬਣਾਉਣਾ ਹੈ ਤਾਂ ਇੱਥੇ ਰਹਿ ਕੇ ਵੀ ਸੁਨਹਿਰੀ ਭਵਿੱਖ ਜਿਹੜਾ ਬਣਾਇਆ ਜਾ ਸਕਦਾ। ਸੋ ਵਾਕਈ ਸ਼ੁਰੂਆਤ ਤੋਂ ਹੀ ਹੁਣ ਵੀ ਅੰਤ ਵਿੱਚ ਵੀ ਇੱਕ ਹੀ ਗੱਲ ਕਹਿਣਾ ਚਾਹਾਂਗੇ ਕਿ ਰੀਲਾਂ 'ਤੇ ਟਾਈਮ ਵੇਸਟ ਕਰਨ ਨਾਲੋਂ ਜ਼ਿਆਦਾ ਵਧੀਆ ਕਿ ਆਪਣੇ ਜੋ ਤੁਹਾਡੇ ਸੁਪਨੇ ਨੇ ਉਹਨਾਂ ਦੇ ਉੱਤੇ ਤੁਸੀਂ ਫੋਕਸ ਕਰੋ, ਤਾਂ ਹੀ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਦੀ ਉਡਾਨ ਭਰ ਸਕੋਗੇ। ਫਿਲਹਾਲ ਕੈਮਰਾ ਪਰਸਨ ਸਾਹਿਲ ਨਾਲ ਮਨਪ੍ਰੀਤ ਕੌਰ, ਸੁਰਖਾਬ ਟੀਵੀ, ਜਲੰਧਰ।